ਹੈਲੋ ਰਸ਼ੀਕਾ ਜੀ ਹਾਂ ਜੀ ਜਸੂ ਜੀ ਹਾਂ ਜੀ ਕਿਹੜੇ ਏਰੀਆ ਚ ਪੇਪਰ ਪਾਇਆ ਮੈਡਮ ਤੁਸੀਂ 73 ਨੂੰ ਜੀ ਅੱਛਾ ਟੋਰਿਨੋ ਨੂੰ ਜੀ ਪੇਪਰ ਪਾਇਆ ਤੁਸੀਂ ਕਿਵੇਂ ਦਾ ਪੇਪਰ ਆਇਆ ਏ ਬਾਕੀ ਨੂੰ ਦੱਸੋ ਜੋ ਤੁਹਾਡੇ ਕਲਾਸ ਹਾਂ ਜੀ ਬਹੁਤ ਜ਼ਿਆਦਾ ਈਜ਼ੀ ਸਰ ਬਹੁਤ ਜ਼ਿਆਦਾ ਈਜ਼ੀ ਆਂਦਾ ਪੇਪਰ ਹਾਂ ਜੀ ਬਹੁਤ ਈਜ਼ੀ ਸੀ ਕਿੰਨੇ ਸਕੇਦੇ ਕਰਦੇ ਹੁੰਦੇ ਸੀ ਦਿਨ ਦੇ ਦਿਨ ਸਾਂ ਮੈਂ 50 ਸਕੇਦੇ ਕਰਦੀ ਸੀ ਕੱਲ ਘੱਟੋ ਘੱਟ ਸਾਂ 100 ਸਕੇਦਾ ਕੀਤਾ ਸੀ ਇੱਕ ਦਿਨ ਜੀ अच्छा जी पूरा दिन रात हुई सुबह 4:00 बजे उठ के बढ़िया है ਤੁਸੀਂ ਇੰਨੇ ਸਖਾਇਦੇ ਕੀਤੇ ਨੇ ਅੱਜ ਮਹਾਰਾਜ ਨੇ ਸੁਣੀ ਆ ਤੁਹਾਡੀ ਖੁਦ ਦੀ ਮਿਹਨਤ ਅੱਜ ਰੰਗ ਲੈ ਕੇ ਆਈ ਆ ਜੀ ਸਰ ਜ਼ੀਰੋ ਗਲਤੀ ਨਾ ਬਾਸ ਕੀਤਾ ਸਰ ਉਹ ਨੀਟਾ ਬਰਦਰਸ ਵਾਲੇ ਤਾਂ ਜ਼ੀਰੋ ਤੋਂ ਕੱਟ ਗੱਲ ਹੀ ਨਹੀਂ ਕਰਦੇ ਇਹ ਕਰ ਤੁਸੀਂ ਕਰਤ ਹੁੰਦੀ ਹਾਂ ਹੁੰਦੀਆਂ ਤਾਂ ਸ਼ਾਇਦ ਆਪਾਂ ਮਾਈਨਸ ਮੇਰੇ ਪਨੀ ਡੈਡੀ ਨਹੀਂ 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 ਜ਼ੀਰੋ ਗਲਤੀ ਤੇ ਆਪਈ ਜਾਣੀ ਜੀ ਤੁਹਾਡੀ ਮਿਹਨਤ ਅੱਜ ਮਤਲਬ ਰੰਗ ਲੈ ਕੇ ਆਈ ਔਰ ਮੇਰਾ ਭਰਾਇਆ ਭਤਾ ਅੱਜ ਕਬੂਲ ਹੁੰਦਾ ਹੈ ਜਿੱਦਾਂ ਸਟੂਡੈਂਟ ਪਾਸ ਹੋਵੇ ਹੈਨਾ ਸੋ ਮੈਨੂੰ ਵੀ ਅੱਜ ਹੀ ਖੁਸ਼ੀ ਹੋਈ ਆ ਤੁਸੀਂ ਪਾਸ ਹੋਏ ਤੇ ਬਾਕੀ ਵੀ ਤੁਹਾਡੇ ਕਲਾਸ ਫੈਲੋ ਦਾ ਹੌਸਲਾ ਵਧਦਾ ਆ ਨਾ ਜਦੋਂ ਤੁਹਾਨੂੰ ਜਿਹੜੇ ਸੁਣ ਰਹੇ ਨੇ ਉਹ ਵੀ ਤੁਹਾਡੇ ਨਾਲ ਪੜਦੇ ਹੁੰਦੇ ਸੀ ਵੀ ਨਹੀਂ ਆ ਜਾਗੇ ਪਾਸ ਹੋਗੇ ਨਹੀਂ ਮੰਮੀ ਹੋ ਜਾਵਾਂਗੀ ਇੱਕ ਦਿਨੀਆਂ ਹੋ ਜਾਵਾਂਗਾ ਨਾ ਅਗਰ ਇਹ ਨਾਲ ਦੇ ਮੇਰੇ ਹੋ ਰਹੇ ਨੇ ਹਾਂਜੀ ਸੋ ਨਾਮ ਮੇਰਾ ਤੁਸੀਂ ਪੂਰਾ ਚਮਕਾਇਆ ਹੋਇਆ ਪੂਰੀ ਇਟਲੀ ਵਿੱਚ ਹੁਣ ਤਾਂ ਜਿੱਦੂ ਕਿਸੇ ਦਾ ਫੋਨ ਆਂਦਾ ਕਹਿੰਦਾ ਪਰ ਜੀ ਤੁਸੀਂ ਉਹੀ ਹੈ ਨਾ ਜਿਹੜੇ ਜ਼ੀਰੋ ਗਲਤੀ ਨਾਲ ਪਾਸ ਕਰਾਉਂਦੇ ਹੁੰਦੇ ਹੋ ਮੈਂ ਕਹਾਂ ਹਾਂ ਜੀ ਹਾਂ ਜੀ ਹੋਰ ਕੋਈ ਸਮੱਸਿਆ ਕੋਈ ਮਿਹਰਬਾਨੀ ਸਤਿ ਆਡੀ ਕੋਈ ਵਧੀਆ ਸਰ ਬਸ ਇਦਾਂ ਮਿਹਨਤ ਕਰਦੇ ਰਹੋ ਸਾਰੇ ਜਰੂਰ ਪਾਸ ਹੋਗੇ ਜ਼ੀਰੋ ਗਲਤੀ ਨਾਲ ਸਾਰੇ ਬਿਲਕੁਲ ਜੀ ਬਿਲਕੁਲ ਠੀਕ ਹੈ ਠੀਕ ਹੈ ਮੈਡਮ ਓਕੇ ਜੋਨ ਮੈਡਮ ਜੀ ਥੈਂਕ ਯੂ ਤੁਹਾਡਾ ਇਟਲੀ ਵਿੱਚ লাইসেনਸ ਦੀ ਬੈਸਟ ਸਟੱਡੀ ਕਰਵਾਉਣ ਲਈ ਮਸ਼ਹੂਰ ਹੈ ਸਿਰਫ ਇੱਕ ਨਾਮ ਮਲਕੀਤ ਸਿੰਘ ਨੀਤਾ ਪੜਾਈ ਦੇ ਖੇਤਰ ਵਿੱਚ ਨਾਮ ਕਮਾਉਣ ਵਾਲੇ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ লাইসেনਸ ਪਾਸ ਕਰਵਾਉਣ ਵਾਲੇ ਮਲਕੀਤ ਸਿੰਘ ਅੱਜ ਪੂਰੀ ਇਟਲੀ ਵਿੱਚ ਰਹਿ ਰਹੇ ਪੰਜਾਬੀਆਂ ਦੀ ਸਭ ਤੋਂ ਵੱਡੀ ਮੁਸ਼ਕਲ ਸੀ ਇਟਾਲੀਅਨ ਬੋਲੀ ਨਾ ਆਉਣ ਕਰਕੇ লাইসেনਸ ਨਾ ਕਰ ਪਾਉਣਾ ਇਸ ਮੁਸ਼ਕਲ ਨੂੰ ਦੂਰ ਕਰਦੇ ਹੋਏ ਦਿਨ ਵਿੱਚ 6 ਟਾਈਮ ਲਗਾ ਰਹੇ ਹਨ ਲਾਈਵ ਕਲਾਸਿਸ ਪੜਾਉਣ ਦਾ ਤਰੀਕਾ ਦੇਖਣ ਲਈ ਅੱਜ ਹੀ ਕਰੋ ਕਾਲ ਤੇ ਦੇਖੋ ਇੱਕ ਹਫਤਾ ਕਲਾਸਾਂ ਲਗਾ ਕੇ ਬਿਲਕੁਲ ਫ੍ਰੀ ਤੇ ਵਧੇਰੇ ਜਾਣਕਾਰੀ ਲਈ ਕਾਲ ਕਰੋ ਇਨ ਆ ਨੰਬਰਸ ਤੇ